ਹਾਂਜੀ ਰੈਡੀ ਸਟਾਰਟ ਸੰਸਦ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਅਤੇ ਵੀ ਵਿਰੋਧੀ ਪਾਰਟੀਆਂ ਨੇ ਮਿਲ ਕੇ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕੀਤਾ ਡੰਡੀ ਲੋਕਾਂ ਦੀਆਂ ਨਜ਼ਰਾਂ ਭਾਰਤੀ ਲੋਕਤੰਤਰ ਦੇ ਕੰਮ ਕਰਨ ਤੇ ਲੱਗੀਆਂ ਹੋਈਆਂ ਹਨ ਡੰਡੀ ਇਸ ਬਾਈਕਾਟ ਦਾ ਪ੍ਰਚਾਰ ਪਰਸਾਰ ਸੰਸਦ ਭਵਨ ਦੇ ਬਾਹਰ ਇਕੱਠੇ ਹੋਏ ਮੈਂਬਰਾਂ ਨੇ ਸਰਕਾਰ ਵਿਰੋਧੀ ਨਾਰੇ ਲਾ ਕੇ ਕੀਤਾ ਡੰਡੀ ਪ੍ਰਤੀਨਿਧਕ ਲੋਕਤੰਤਰ ਦੇ ਕੰਮ ਕਰਨ ਦਾ ਇੱਕ ਪੈਟਰਨ ਸਥਾਪਿਤ ਹੋ ਚੁੱਕਾ ਹੈ ਪਰ ਅੱਜ ਇਸ ਦਾ ਪਵਿਖ ਬੇਜਕੀਨ ਹੁੰਦਾ ਜਾਂਦਾ ਹੈ ਡੰਡੀ ਲੱਗਦਾ ਹੈ ਕਿ ਅਗਲੀਆਂ ਆਮ ਚੋਣਾ ਚ ਜੇਕਰ ਸਰਕਾਰ ਬਦਲ ਵੀ ਜਾਂਦੀ ਹੈ ਤਾਂ ਵੀ ਇਹ ਪੈਟਰਨ ਜਾਰੀ ਰਹੇਗਾ ਕਿਉਂਕਿ ਇਹ ਪ੍ਰਤੀਨਿਧਿਕ ਲੋਕਤੰਤਰ ਨੂੰ ਬਦਲਣ ਦਾ ਇੱਕ ਅਟਲ ਮੰਚ ਹੈ ਅਤੇ ਇਸ ਬਦਲਾਅ ਦੀ ਲੋੜ ਕਾਫੀ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ ਡੈਂਡੀ ਲੋਕਤੰਤਰ ਨੂੰ ਕਦੇ ਜਨਤਾ ਦਾ ਜਨਤਾ ਵੱਲੋਂ ਜਨਤਾ ਲਈ ਸ਼ਾਸਨ ਮੰਨਿਆ ਜਾਂਦਾ ਸੀ ਪਰ ਹਾਲ ਹੀ ਚ ਲੋਕਤੰਤ੍ਰਿਕ ਦੇਸ਼ਾਂ ਚ ਵੀ ਇਸ ਦੇ ਸਾਹਮਣੇ ਕਈ ਚੁਣੌਤੀਆਂ ਪੈਦਾ ਹੋ ਰਹੀਆਂ ਹਨ ਤੇ ਕਈ ਦੇਸ਼ਾਂ ਚ ਇਸ ਦੇ ਮੌਜੂਦਾ ਸਰੂਪ ਬਾਰੇ ਸਵਾਲ ਉੱਠ ਰਹੇ ਹਨ ਡੰਡੀ ਪੈਰਾ ਇਸ ਦੇ ਦੁਸ਼ਮਣ ਸਾਰੇ ਨਹੀਂ ਹਨ ਅਤੇ ਨਾ ਹੀ ਇਸ ਨੂੰ ਬਾਹਰੀ ਸ਼ਕਤੀਆਂ ਤੋਂ ਹਮੇਸ਼ਾ ਖਤਰਾ ਹੁੰਦਾ ਹੈ ਪਰ ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਇਸ ਪ੍ਰਤੀਨਿਧਕ ਲੋਕਤੰਤਰ ਨੂੰ ਦੇਸ਼ ਅੰਦਰੋਂ ਹੀ ਖਤਰਾ ਪੈਦਾ ਹੋ ਰਿਹਾ ਹੈ ਡੈਂਡੀ ਭਾਰਤ ਨੇ ਜਦੋਂ ਆਜ਼ਾਦੀ ਪ੍ਰਾਪਤ ਕੀਤੀ ਅਤੇ ਸੰਗੀਟਾਂਚੇ ਚ ਸੰਸਦੀ ਲੋਕਤੰਤਰ ਨੂੰ ਅਪਣਾਇਆ ਸਭ ਲਈ ਸੱਤਾ ਅਧਿਕਾਰ ਦੀ ਤਜਵੀਜ਼ ਕੀਤੀ ਚੋਣਾਂ ਦੀ ਤਜਵੀਜ਼ ਕੀਤੀ ਤੇ ਇੱਕ ਵਿਆਪਕ ਲਿਖਤੀ ਸੰਵਿਧਾਨ ਦਾ ਨਿਰਮਾਣ ਕੀਤਾ ਅਤੇ ਬਹੁ ਪਾਰਟੀ ਪ੍ਰਣਾਲੀ ਨੂੰ ਹੱਲਾਸ਼ੇਰੀ ਦਿੱਤੀ ਉਦੋਂ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਪ੍ਰਤੀਨਿਧਕ ਲੋਕਤੰਤਰ ਦਾ ਕਾਣ ਵੀ ਹੋਵੇਗਾ ਡੰਡੀ ਚੋਣਾ ਹੁੰਦੀਆਂ ਹਨ ਸਰਕਾਰਾਂ ਬਦਲਦੀਆਂ ਹਨ ਕਈ ਸਿਆਸੀ ਪਾਰਟੀਆਂ ਦਾ ਨਿਰਮਾਣ ਹੋਇਆ ਹੈ ਤੇ ਉਹਨਾਂ ਨੇ ਚੋਣਾਂ 'ਚ ਹਿੱਸਾ ਲਿਆ ਹੈ ਡੈਂਡੀ ਸਰਕਾਰਾਂ ਦੇ ਰਾਜਸ਼ਾਹੀ ਤਾਨਾਸ਼ਾ ਅਤੀ ਲੋਕਤੰਤਰ 'ਚ ਜੋ ਵਰਗੀਕਰਨ ਸਾਨੂੰ ਸਿਖਾਇਆ ਗਿਆ ਸੀ ਉਸ 'ਚ ਬਦਲਾਅ ਦੀ ਲੋੜ ਹੈ ਡੈਂਡੀ ਪੈਰਾ ਲੋਕਤੰਤਰ ਕਈ ਤਰ੍ਹਾਂ ਦੇ ਹਨ ਅਤੇ ਉਨ੍ਹਾਂ ਦਾ ਵਿਕਾਸ ਹੁੰਦਾ ਰਿਹਾ ਹੈ ਡੰਡੀ ਭਾਰਤ ਨੇ ਜੋ ਪ੍ਰਤੀਨਿਧਕ ਲੋਕਤੰਤ੍ਰਿਕ ਪ੍ਰਣਾਲੀ ਅਪਣਾਈ ਹੈ ਉਸ ਦੇ ਰਸਤੇ ਵਿੱਚ ਵੀ अनेका ਅੜਿੱਕੇ ਹਨ ਡੰਡੀ ਚੁਣੇ ਹੋਏ ਪ੍ਰਤੀਨਿਧਾਂ ਨੂੰ ਸੱਤਾ ਨਾਲ ਚਿੰਬੜੇ ਰਹਿਣ ਲਈ ਵੋਟ ਨਹੀਂ ਦਿੱਤੀ ਜਾਂਦੀ ਅਤੇ ਜੋ ਲੋਕ ਚੋਣਾਂ ਵਿੱਚ ਹਾਰ ਗਏ ਹਨ ਉਹ ਵਰਤਮਾਨ ਪਰਨਾਲੀ ਤੋਂ ਖੁਸ਼ ਨਹੀਂ ਹਨ ਡੈਂਡੀ ਭਾਰਤ ਵਿੱਚ ਜੋ ਸੰਸਦੀ ਲੋਕਤੰਤਰ ਦਾ ਬੀਸਟ ਮਿਸਟਰ ਮਾਡਲ ਅਪਣਾਇਆ ਗਿਆ ਹੈ ਉਸ ਵਿੱਚ ਬਹੁਮਤ ਦੁਆਰਾ ਸ਼ਾਸਨ ਦਾ ਸਿਧਾਂਤ ਅਪਣਾਇਆ ਗਿਆ ਹੈ ਡੈਂਡੀ ਕਾਨੂੰਨੀ ਨਿਕਾਏ ਦਾ ਨਿਰਮਾਣ ਬਹੁਮਤ ਪ੍ਰਾਪਤ ਕਰਨ ਵਾਲੀ ਮੈਂਬਰਾਂ ਨਾਲ ਮਿਲ ਕੇ ਹੁੰਦਾ ਹੈ ਡੈਂਡੀ ਸਰਕਾਰ ਦਾ ਨਿਰਮਾਣ ਬਹੁਮਤ ਪ੍ਰਾਪਤ ਕਰਨ ਵਾਲੀ ਪਾਰਟੀ ਦਾ ਗਠਜੋੜ ਦੁਆਰਾ ਕੀਤਾ ਜਾਂਦਾ ਹੈ ਅਤੇ ਨਿਰਣੇ ਬਹੁਮਤ ਦੇ ਆਧਾਰ 'ਤੇ ਲਏ ਜਾਂਦੇ ਹਨ ਡੈਂਡੀ ਪੈਰਾ ਅਲਪਮਤ ਵਾਲਿਆਂ ਨੂੰ ਬਹੁਮਤ ਦੀ ਹੋਂਦ ਦੇ ਨਾਲ ਤਾਲਮੇਲ ਕਰਨ ਲਈ ਛੱਡ ਦਿੱਤਾ ਜਾਂਦਾ ਹੈ ਡੈਂਡੀ ਉਹ अनेਕਾਂ ਤਰ੍ਹਾਂ ਜਿਸ ਦੇ ਵਿਰੋਧ ਪਰਦਰਸ਼ਨ ਕਰਦੇ ਹਨ ਅਤੇ ਅਜੀਹਾ ਲੱਗਦਾ ਹੈ ਕਿ ਸਾਡੀ ਪ੍ਰਣਾਲੀ ਇਨ੍ਹਾਂ ਦੋਵਾਂ ਵਰਗਾਂ ਵਿੱਚ મતਭੇਦ ਨੂੰ ਦੂਰ ਕਰਨ ਲਈ ਯਤਨ ਕਰਦੀ ਰਹੀ ਹੈ ਡੈਂਡੀ ਸਟਾਪ